ਅਸਲਾਮ ਅਲੈਕਮ, ਮੈਂ ਅਲੀਅਸ ਕਰਤਾਜ। ਮੈਨੂੰ ਉਮੀਦ ਹੈ ਮੇਰੇ ਸਭ ਦੋਸਤ ਖੈਰੋ ਅਫੀਅਤ ਦੇ ਨਾਲ ਹੋਣਗੇ। ਪਿਆਰੇ ਦੋਸਤੋ, ਅੱਜ ਦੀ ਜਿਹੜੀ ਵੀਡੀਓ ਹੈ ਇਹ ਬੜੀ ਯੂਨੀਕ ਹੈ। ਉਹਦੀ ਵਜ੍ਹਾ ਇਹ ਹੈਗੀ ਹੈ ਕਿ ਪਹਿਲੇ ਮੈਂ ਜਿਹੜੀਆਂ ਵੀਡੀਓਜ਼ ਬਣਾਉਂਦਾ ਰਿਹਾ ਵਾਂ ਉਹ ਜਿਹੜੇ ਘਰ ਦੇ ਵਿੱਚ ਸੋਲਰ ਸਿਸਟਮ ਲੱਗਦੇ ਨੇ ਉਹਨਾਂ ਦੇ ਉੱਤੇ ਬਣਾਉਂਦਾ ਰਿਹਾ ਵਾਂ, ਮਗਰ ਅੱਜ ਦੀ ਜਿਹੜੀ ਵੀਡੀਓ ਹੈ ਉਹ ਇੱਕ ਸਮਝ ਲਓ ਕਿ ਜਿਹੜੀ ਸਮਾਲ ਇੰਡਸਟਰੀ ਹੁੰਦੀ ਹੈ ਉਹਦੇ ਲੈਵਲ ਦੇ ਉੱਤੇ ਆ। ਤੁਸੀਂ ਆਮ ਤੌਰ ਦੇ ਉੱਤੇ ਫੀਲਡ ਦੇ ਵਿੱਚ ਸੁਣਿਆ ਹੋਏਗਾ, ਵੇਖਿਆ ਹੋਏਗਾ, ਜਿਹੜੀਆਂ ਸਾਡੀਆਂ ਪਲਾਸਟਿਕ ਮੋਲਡਿੰਗ ਮਸ਼ੀਨਾਂ ਹੁੰਦੀਆਂ ਨੇ, ਅੱਜ ਦਾ ਜਿਹੜਾ ਸਿਸਟਮ ਹੈ ਅੱਜ ਦਾ ਸਿਸਟਮ ਉਹਦੇ ਉੱਤੇ ਲਗਾਇਆ ਗਿਆ ਹੈ ਔਰ ਉਹਦੇ ਉੱਤੇ ਜਿਹੜਾ ਐਕਸਪੈਰੀਮੈਂਟ ਕੀਤਾ ਗਿਆ ਉਹ ਇੰਤਹਾਈ ਕਾਮਯਾਬ ਹੈ। ਮੈਂ ਉਹਦਾ ਜਿਹੜਾ ਰਿਵਿਊ ਹੈ ਅੱਜ ਮੈਂ ਤੁਹਾਡੇ ਸਾਹਮਣੇ ਪੇਸ਼ ਕਰਾਂਗਾ। ਸਾਰਿਆਂ ਨਾਲੋਂ ਪਹਿਲਾਂ ਜਿਹੜਾ ਉੱਤੇ ਸੋਲਰ ਪੈਨਲ ਲਗਾਏ ਗਏ ਨੇ ਉਹਦਾ ਮੈਂ ਤੁਹਾਨੂੰ ਸਟਰਕਚਰ ਵਿਖਾਵਾਂਗਾ, ਉਹਦਾ ਫਰੇਮ ਵਿਖਾਵਾਂਗਾ ਔਰ ਉਹ ਮੈਂ ਜਿਹੜੇ ਨੇ ਪੈਨਲ ਵਿਖਾਵਾਂਗਾ। ਫਿਰ ਮੈਂ ਤੁਹਾਨੂੰ ਦੱਸਾਂਗਾ ਕਿ ਟੋਟਲ ਜਿਹੜੇ ਨੇ ਉਹ ਅਸੀਂ ਜਿਹੜੇ ਪੈਨਲ ਦੇ ਉਹ ਕਿੰਨੇ ਲਗਾਏ ਨੇ ਔਰ ਸਾਡੀ ਜਿਹੜੀ ਮਸ਼ੀਨ ਹੈ ਮਸ਼ੀਨ ਸਾਡੇ ਕਿੰਨੇ ਵਾਟ ਦੀ ਸੀ, ਕਿੰਨੇ ਐਂਪੀਅਰ ਲੈਂਦੀ ਹੈ, ਕਿੰਨਾ ਲੋਡ ਲੈਂਦੀ ਹੈ ਔਰ ਤੁਸੀਂ ਉਹਨੂੰ ਮੈਕਸੀਮਮ ਕਿੰਨਾ ਟਾਈਮ ਤੁਸੀਂ ਚਲਾ ਸਕਦੇ ਹੋ ਔਰ ਐਂਡ ਦੇ ਉੱਤੇ ਅਸੀਂ ਜਿਹੜੇ ਦੋਸਤ ਦਾ ਅਸੀਂ ਜਿਹੜੇ ਦੋਸਤ ਦਾ ਸਿਸਟਮ ਲਾਇਆ ਅਸੀਂ ਉਹਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਦਾ ਇਹਦੇ ਬਾਰੇ ਕੀ ਖਿਆਲ ਹੈ, ਕਿੰਨਾ ਫਾਇਦਾ ਉਹ ਹਾਸਲ ਕਰਦੇ ਪਏ ਨੇ। ਅੱਲਾ ਤਬਾਰਕ ਤਾਲਾ ਦੀ ਜ਼ਾਤ ਨੇ ਜਿਹੜੀ ਇੱਕ ਧੁੱਪ ਵਰਗੀ ਨਿਮਤ ਨਾਲ ਸਾਨੂੰ ਨਵਾਜ਼ਿਆ ਅਤੇ ਅਸੀਂ ਉਹਦੇ ਤੋਂ ਕਿੰਨਾ ਫਾਇਦਾ ਉਠਾ ਸਕਦੇ ਹਾਂ। ਵੈਸੇ ਤਾਂ ਜਿਹੜਾ ਉਹ ਅਸੀਂ ਐਡੇ ਬੇਗੌਰੇ ਲੋਕ ਹਾਂ, ਇਹੋ ਜਿਹੇ ਅਸੀਂ ਲੋਕ ਹਾਂ। ਅੱਲਾ ਦੁਨੀਆ ਦੇ ਵਿੱਚ ਅੱਲਾ ਤਬਾਰਕ ਤਾਲਾ ਦੀ ਜ਼ਾਤ ਨੇ ਜਿੰਨੀਆਂ ਨਿਮਤਾਂ ਸਾਨੂੰ ਦਿੱਤੀਆਂ ਹੈ, ਦੁਨੀਆ ਦੇ ਵਿੱਚ ਸ਼ਾਇਦ ਹੀ ਐਸਾ ਕੋਈ ਮੁਲਕ ਹੋਏਗਾ ਜਿਹੜਾ ਇੰਨੀਆਂ ਨਿਮਤਾਂ ਦੇ ਨਾਲ ਨਵਾਜ਼ਿਆ ਹੋਏਗਾ। ਕਿ ਅਗਰ ਅਸੀਂ ਖਾਲੀ ਬਿਜਲੀ ਦੇ ਹਵਾਲੇ ਨਾਲ ਗੱਲ ਕਰੀਏ ਤਾਂ ਅਸੀਂ ਹਵਾ ਤੋਂ ਬਿਜਲੀ ਪੈਦਾ ਕਰ ਸਕਦੇ ਹਾਂ, ਯਾਨੀ ਕਿ ਵਿੰਡ ਪਾਵਰ ਦੇ ਨਾਲ ਅਸੀਂ ਪਾਣੀ ਤੋਂ ਬਿਜਲੀ ਪੈਦਾ ਕਰ ਸਕਦੇ ਹਾਂ, ਅਸੀਂ ਸੂਰਜ ਦੀ ਤੋਂ ਬਿਜਲੀ ਪੈਦਾ ਕਰ ਸਕਦੇ ਹਾਂ, ਯਾਨੀ ਕਿ ਸੋਲਰ ਐਨਰਜੀ ਦੇ ਨਾਲ ਬਿਜਲੀ ਪੈਦਾ ਕਰ ਸਕਦੇ ਹਾਂ ਔਰ ਸਾਡੀਆਂ ਖਾਸ ਤੌਰ 'ਤੇ ਜਿਹੜੀਆਂ ਛੋਟੀਆਂ ਛੋਟੀਆਂ ਵਰਕਸ਼ਾਪਾਂ ਨੇ ਜਿਨ੍ਹਾਂ ਨੇ ਛੋਟੀਆਂ ਛੋਟੀਆਂ ਮਸ਼ੀਨਾਂ ਲਾਈਆਂ ਨੇ ਉਹ ਛੋਟੇ ਛੋਟੇ ਪ੍ਰੋਜੈਕਟ ਲਾ ਕੇ ਅਤੇ ਮੁਫਤ ਦੀ ਬਿਜਲੀ ਦੇ ਨਾਲ ਆਪਣੀਆਂ ਜਿਹੜੀਆਂ ਸ਼ਾਪਾਂ ਨੇ, ਆਪਣੀਆਂ ਜਿਹੜੀਆਂ ਵਰਕਸ਼ਾਪਾਂ ਨੇ, ਆਪਣੀਆਂ ਜਿਹੜੀਆਂ ਮਸ਼ੀਨਾਂ ਨੇ ਉਹ ਚਲਾ ਸਕਦੇ ਹਾਂ। ਔਰ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਜਿਹੜਾ ਉੱਤੇ ਅਸੀਂ ਛੱਤ ਦੇ ਉੱਤੇ ਅਸੀਂ ਪਲੇਟਾਂ ਲਗਾਈਆਂ ਨੇ, ਸੋਲਰ ਪੈਨਲ ਲਗਾਏ ਨੇ, ਮੈਂ ਉਹ ਵਿਖਾਵਾਂਗਾ। ਉਸ ਤੋਂ ਬਾਅਦ ਫਿਰ ਮੈਂ ਤੁਹਾਨੂੰ ਮਸ਼ੀਨ ਵਾਲੇ ਪਾਸੇ ਲੈ ਕੇ ਚੱਲਾਂਗਾ ਅਤੇ ਉਹ ਪਹਿਲੇ ਵੇਖਦੇ ਹਾਂ ਜਿਹੜੇ ਅਸੀਂ ਉੱਤੇ ਸੋਲਰ ਪੈਨਲ ਲਗਾਏ ਨੇ। ਇਹ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਫਰੇਮ ਵਿਖਾਉਂਦਾ ਵਾਂ। ਫਰੇਮ ਮਾਸ਼ਾਅੱਲਾ ਇੰਤਹਾਈ ਮਜ਼ਬੂਤ ਔਰ ਜਿਹੜਾ ਇਹਨੂੰ ਰਾਵਲ ਬੋਲਟ ਲਾ ਕੇ ਇਹਨੂੰ ਪਹਿਲੇ ਫਿਕਸ ਕੀਤਾ ਹੈ ਛੱਤ ਦੇ ਉੱਤੇ ਔਰ ਉਸ ਤੋਂ ਬਾਅਦ ਫਿਰ ਜਿਹੜਾ ਇਹ ਸੀਮਟ ਅਤੇ ਬਜਰੀ ਲਾ ਕੇ ਉਸ ਤੋਂ ਬਾਅਦ ਫਿਰ ਇਹਨੂੰ ਹੋਰ ਮਜ਼ਬੂਤ ਕਰਨ ਵਾਸਤੇ ਜਿਹੜਾ ਤਾਂ ਕਿ ਛੱਤ ਦੇ ਉੱਤੇ ਹਵਾ, ਹਨੇਰੀ, ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਚੱਲਦੀਆਂ ਰਹਿੰਦੀਆਂ ਨੇ, ਬਾਰਿਸ਼ ਵੀ ਆਉਂਦੀ ਹੈ, ਤੂਫਾਨ ਵੀ ਆਉਂਦਾ। ਲੇਕਿਨ ਜਿਹੜਾ ਸੋਲਰ ਸਿਸਟਮ ਹੁੰਦਾ ਜਾਂ ਸੋਲਰ ਜਿਹੜੇ ਪੈਨਲ ਹੁੰਦੇ ਨੇ ਉਹਨਾਂ ਨੂੰ ਮਹਿਫੂਜ਼ ਕਰਨਾ ਵੀ ਇੱਕ ਜਿਹੜਾ ਨਾ ਇੰਤਹਾਈ ਅਹਿਮ ਕੰਮ ਹੁੰਦਾ। ਇਹ ਮੈਂ ਤੁਹਾਨੂੰ ਇਹਦਾ ਜਿਹੜਾ ਫਰੇਮ ਹੈ, ਫਰੇਮ ਵਾਲਾ ਜਿਹੜਾ ਥੱਲੇ ਵਾਲਾ ਹਿੱਸਾ ਮੈਂ ਇਹ ਤੁਹਾਨੂੰ ਵਿਖਾ ਰਿਹਾ ਵਾਂ, ਤੁਸੀਂ ਵੇਖੋ ਜ਼ਰਾ। ਇਹ ਫਰੇਮ ਦਾ ਥੱਲੇ ਵਾਲਾ ਹਿੱਸਾ ਔਰ ਜਿਸ ਵੇਲੇ ਅਸੀਂ ਫਰੇਮ ਲਾਉਂਦੇ ਹਾਂ ਉਸ ਵੇਲੇ ਇੱਕ ਜਿਹੜੀਆਂ ਇੱਕ ਦੋ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਅਸੀਂ ਜਿਹੜਾ ਨਾ ਉਹ ਮਲਹੂਜ਼ੇ ਖਾਤਰ ਰੱਖਣਾ ਹੁੰਦਾ। ਸਭ ਤੋਂ ਪਹਿਲੇ ਤਾਂ ਜਿਹੜਾ ਹੁੰਦਾ ਇਹਦਾ ਐਂਗਲ,
ਐਂਗਲ ਵੇਖਣਾ ਚਾਹੀਦਾ ਕਿ ਅਸੀਂ ਇਹਦਾ ਐਂਗਲ ਕਿੰਨਾ ਰੱਖਣਾ ਹੈ। ਔਰ ਇਸ ਵੇਲੇ ਐਂਗਲ ਜਿਹੜਾ ਲਾਹੌਰ ਦੇ ਇਲਾਕੇ ਦੇ ਵਿੱਚ ਚੱਲਦਾ ਪਿਆ ਉਹ ਤਕਰੀਬਨ 16 ਤੋਂ 20 ਡਿਗਰੀ ਹੈ ਉਹਦੀ। ਔਰ ਦੂਸਰਾ, ਜਿਸ ਵੇਲੇ ਤੁਸੀਂ ਫਰੇਮ ਬਣਾਉਂਦੇ ਹੋ ਉਸ ਵੇਲੇ ਇੱਕ ਚੀਜ਼ ਨੂੰ ਜਿਹੜਾ ਨਾ ਉਹ ਤੁਸੀਂ ਮਲਹੂਜ਼ੇ ਖਾਤਰ ਰੱਖਣਾ ਹੁੰਦਾ ਹੈ ਕਿ ਤੁਹਾਡੀ ਜਿਹੜੀ ਹੈ ਨਾ ਅਪਰੋਚ, ਤੁਹਾਡੀ ਅਪਰੋਚ ਜਿਹੜੀ ਹੈ ਨਾ ਇਹਦੇ ਵਿੱਚ ਐਸੀ ਹੋਵੇ ਕਿ ਤੁਸੀਂ ਇਹਨੂੰ ਬੜੀ ਆਸਾਨੀ ਦੇ ਨਾਲ ਵੈਪਰ ਨਾਲ ਔਰ ਪਾਣੀ ਇਹਦੇ ਉੱਤੇ ਵਹਾ ਕੇ ਅਤੇ ਇਹਨੂੰ ਤੁਸੀਂ ਬੜੀ ਆਸਾਨੀ ਦੇ ਨਾਲ ਜਿਹੜਾ ਨਾ ਉਹ ਸਾਫ਼ ਕਰ ਸਕੋ। ਔਰ ਅਗਰ ਤੁਹਾਡੀ ਅਪਰੋਚ ਦੇ ਵਿੱਚ ਇਹ ਨਹੀਂ ਹੈਗਾ, ਅਗਰ ਤੁਸੀਂ ਦੂਰ ਤੱਕ ਇਹਦਾ ਜ਼ਿਆਦਾ ਉੱਚਾ ਤੁਸੀਂ ਲਾ ਲੈਂਦੇ ਹੋ ਔਰ ਤੁਸੀਂ ਇਹਨੂੰ ਸਾਫ਼ ਕਰਨ ਵਾਸਤੇ ਤੁਹਾਡਾ ਇਹਦੇ ਉੱਤੇ ਹੱਥ ਨਹੀਂ ਪਾਉਂਦਾ, ਤਾਂ ਇਹਦਾ ਮਤਲਬ ਇਹ ਹੈਗਾ ਕਿ ਫਿਰ ਤੁਹਾਨੂੰ ਸਾਫ਼ ਕਰਨ ਦੇ ਵਿੱਚ ਪ੍ਰੋਬਲਮ ਹੋਏਗੀ। ਔਰ ਇਹ ਜਿਹੜਾ ਸੋਲਰ ਪੈਨਲ ਹੁੰਦੇ ਨੇ ਇਹਨਾਂ ਨੂੰ ਹਫ਼ਤੇ ਦੇ ਵਿੱਚ ਇੱਕ ਵਾਰੀ ਜਿਹੜਾ ਸਾਫ਼ ਕਰਨਾ ਹੁੰਦਾ ਉਹ ਬਹੁਤ ਜ਼ਰੂਰੀ ਹੁੰਦਾ। ਉਹ ਇਸ ਵਾਸਤੇ ਕਿ ਇਹਦੀ ਜਿਹੜੀ ਪਰਫਾਰਮੈਂਸ ਹੁੰਦੀ ਹੈ ਉਹ ਮੁਨਸਲਿਕ ਹੁੰਦੀ ਹੈ ਇਹਦੀ ਸਫਾਈ ਦੇ ਨਾਲ, ਕਿਉਂਕਿ ਜਿਸ ਵੇਲੇ ਅਗਰ ਤੁਸੀਂ ਇਹਨੂੰ ਸਾਫ਼ ਨਹੀਂ ਕਰੋਗੇ ਤਾਂ ਜਿਹੜੀਆਂ ਸੂਰਜ ਦੀਆਂ ਕਿਰਨਾਂ ਨੇ ਉਹ ਅੱਛੇ ਤਰੀਕੇ ਨਾਲ ਇਹਦੇ ਉੱਤੇ ਨਹੀਂ ਪੈਣਗੀਆਂ, ਕਿਉਂਕਿ ਇਹਨੇ ਜਿਹੜੀ ਬਿਜਲੀ ਪੈਦਾ ਕਰਨੀ ਹੁੰਦੀ ਉਹ ਸੂਰਜ ਦੀਆਂ ਕਿਰਨਾਂ ਤੋਂ ਪੈਦਾ ਕਰਨੀ ਹੁੰਦੀ ਹੈ। ਔਰ ਜਿਸ ਵੇਲੇ ਸੂਰਜ ਦੀਆਂ ਕਿਰਨਾਂ ਇਹਦੇ 'ਤੇ ਸਹੀ ਤਰੀਕੇ ਨਾਲ ਨਹੀਂ ਪੈਣਗੀਆਂ ਤਾਂ ਫਿਰ ਇਹ ਉਸ ਵੇਲੇ ਜਿਹੜੀ ਇਹਦੀ ਪਰਫਾਰਮੈਂਸ ਉਹ ਸਹੀ ਤਰ੍ਹਾਂ ਇਹਦੀ ਨਹੀਂ ਹੋਏਗੀ। ਹੁਣ ਮੈਂ ਤੁਹਾਨੂੰ ਥੱਲੇ ਲੈ ਕੇ ਚੱਲਦਾ ਵਾਂ ਉਸ ਜਗ੍ਹਾ 'ਤੇ ਜਿਸ ਜਗ੍ਹਾ 'ਤੇ ਇਹ ਮਸ਼ੀਨ ਲਾਈ ਹੈ ਔਰ ਜਿਸ ਜਗ੍ਹਾ 'ਤੇ ਉਹ ਮਸ਼ੀਨ ਚੱਲਦੀ ਪਈ ਹੈ ਔਰ ਆਪਣੀ ਇਸ ਵੇਲੇ ਪ੍ਰੋਡਕਸ਼ਨ ਦੇ ਉੱਤੇ ਜਾ ਰਹੀ ਹੈ। ਹੁਣ ਮੈਂ ਤੁਹਾਨੂੰ ਦਿਖਾਵਾਂਗਾ, ਸਭ ਤੋਂ ਪਹਿਲੇ ਇਹ ਸਾਡਾ ਅਨਾਉਂਸਰ ਲੱਗਾ ਹੈ ਔਰ ਇਹ ਸਾਡੀ ਪ੍ਰੋਟੈਕਸ਼ਨ ਵਾਸਤੇ ਬ੍ਰੇਕਰ ਔਰ ਇਹ ਛਾਤਾਂ ਨੂੰ ਇਹਦੀ ਪਾਵਰ ਆ ਰਹੀ ਹੈ ਔਰ ਇਹ ਪਲਾਸਟਿਕ ਮੋਲਡਿੰਗ ਮਸ਼ੀਨ ਹੈ ਜਿਹੜੀ ਇਸ ਵੇਲੇ ਸੋਲਰ ਸਿਸਟਮ ਦੇ ਉੱਤੇ ਚੱਲਦੀ ਪਈ ਹੈ। ਇਹਦੀ ਹਾਈਡਰੋਲਿਕ ਦੀ ਮੋਟਰ ਮਸ਼ੀਨ ਦੇ ਅੰਦਰ ਜਿਹੜੇ ਸੋਲਰ ਬਾਲ ਵਗੈਰਾ ਲੱਗੇ ਨੇ ਇਹ ਉਹ ਨੇ ਔਰ ਸਾਹਮਣੇ ਇਹਦਾ ਹੀਟਿੰਗ ਸਿਸਟਮ ਜਿਹੜੇ ਲੋਕਾਂ ਨੇ ਪਲਾਸਟਿਕ ਮੋਲਡਿੰਗ ਮਸ਼ੀਨਾਂ ਵੇਖੀਆਂ ਨੇ ਉਹਨਾਂ ਨੂੰ ਅੰਦਾਜ਼ਾ ਹੋਏਗਾ ਇਹ ਮਸ਼ੀਨ ਜਿਹੜੀ ਇਹਦੇ ਵਰਕ ਕਿਸ ਤਰੀਕੇ ਨਾਲ ਕਰਦੀ ਹੈ। ਪ੍ਰੋਡਕਸ਼ਨ ਇਸ ਥੈਲੇ ਦੇ ਵਿੱਚ ਜਮ੍ਹਾਂ ਹੋ ਰਹੀ ਹੈ।
ਸਾਡੇ ਟੈਂਪਰੇਚਰ ਮੀਟਰ ਔਰ ਉਸ ਤੋਂ ਇਲਾਵਾ ਜਿਹੜਾ ਕੰਟਰੋਲ ਦਾ ਪੀ ਐਲ ਸੀ ਦਾ ਨਿਜ਼ਾਮ ਹੈ ਉਹ ਸਾਰਾ ਇਹਦੇ ਅੰਦਰ ਹੈ। ਇਹ ਦਿਖਾਉਣਾ ਜ਼ਰਾ, ਸਾਹਮਣੇ ਇਹਦੀ ਪੀ ਐਲ ਸੀ ਲੱਗੀ ਹੈ ਜਿਹੜੀ ਮਸ਼ੀਨ ਨੂੰ ਕੰਟਰੋਲ ਕਰਦੀ ਪਈ ਹੈ, ਪਾਵਰ ਸਪਲਾਈ, ਟਰਾਂਸਫਾਰਮਰ, ਸਾਰਾ ਸਿਸਟਮ ਲਵਾਇਆ ਅਲਹਮਦੁਲਿਲਾ। ਅੱਲਾ ਦਾ ਬਹੁਤ ਜ਼ਿਆਦਾ ਸ਼ੁਕਰ ਹੈ। ਪਹਿਲੇ ਵਾਪਰਾ ਦੇ ਬਹੁਤ ਜ਼ਿਆਦਾ ਭਾਰੀ ਬਿੱਲ ਅਦਾ ਕਰਨੇ ਪੈਂਦੇ ਸੀ ਲੱਖਾਂ ਦੇ ਹਿਸਾਬ ਨਾਲ, ਇੱਕ ਦਫ਼ਾ ਖਰਚਾ ਕੀਤਾ ਹੈ, ਸੋਲਰ ਸਿਸਟਮ ਲਗਵਾਇਆ ਹੈ ਅਤੇ ਹੁਣ ਅਲਹਮਦੁਲਿਲਾ ਫਰੀ ਦੇ ਵਿੱਚ ਇਸਤੇਮਾਲ ਕਰ ਰਹੇ ਹਾਂ, ਸਾਡੀ ਚੱਲ ਰਹੀ ਹੈ। ਅਲਹਮਦੁਲਿਲਾ ਅਲਹਮਦੁਲਿਲਾ, ਜਾਨ ਛੁੱਟ ਗਈ ਵਾਪਰਾ ਦੇ ਬਿੱਲਾਂ ਦੇ ਕੋਲੋਂ। ਸੋਲਰ ਇਸਤੇਮਾਲ ਕਰ ਰਹੇ ਹਾਂ ਅਤੇ ਸੋਲਰ 'ਤੇ ਮਸ਼ੀਨ ਚੱਲ ਰਹੀ ਹੈ, ਡੱਬੀਆਂ ਸਾਡੀਆਂ ਨਿਕਲ ਰਹੀਆਂ ਮੋਲਡਿੰਗ ਦੀਆਂ। ਬਿਲਕੁਲ 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 ਜੀ, ਜ਼ਰੂਰ ਜ਼ਰੂਰ। ਇਹ ਹੈ ਕਿ ਇੱਕ ਦਫ਼ਾ ਖਰਚਾ ਹੋ ਜਾਂਦਾ ਹੈ ਕਿ ਸੋਲਰ ਦੇ ਉੱਪਰੋਂ ਜਿਹੜਾ ਨਾ ਇਸਤੇਮਾਲ ਕਰ ਸਕਦੇ ਤੁਸੀਂ ਬਿਜਲੀ, ਹਰ ਮਹੀਨੇ ਦੇ ਮਹੀਨੇ ਜਿਹੜਾ ਵਾਪਰਾ ਦੇ ਬਿੱਲ ਜਮ੍ਹਾਂ ਕਰਾਉਣੇ ਪੈਂਦੇ ਨੇ। ਸੋਲਰ ਦੇ ਉੱਪਰ ਇਹ ਹੁੰਦਾ ਹੈ ਕਿ ਇੱਕ ਦਫ਼ਾ ਖਰਚਾ ਕੀਤਾ ਹੈ, ਬਾਅਦ ਵਿੱਚ ਤੁਸੀਂ 10,000 ਜਿਹੜਾ ਇਸ ਸਿਨੇਮਾ ਦੇ ਉੱਤੇ ਫਾਇਦਾ ਚੁੱਕ ਸਕਦੇ ਜੇ। ਨਹੀਂ ਕੋਈ ਟੈਨਸ਼ਨ, ਕਿਸੇ ਪਰੇਸ਼ਾਨੀ ਦੀ ਜ਼ਰੂਰਤ ਨਹੀਂ ਹੈ ਹੁਣ। ਅਲਹਮਦੁਲਿਲਾ ਅਲਹਮਦੁਲਿਲਾ, ਇਧਰੋਂ ਸੂਰਜ ਆਇਆ ਉੱਪਰ, ਇਧਰੋਂ ਮਸ਼ੀਨ ਸਟਾਰਟ ਹੋ ਗਈ। ਜਿਹੜੇ ਨੇ ਵਾਪਰਾ ਦੇ ਬਿੱਲ ਨੇ ਉਹ ਲੱਖਾਂ ਦੇ ਹਿਸਾਬ ਨਾਲ ਹੁੰਦੇ ਸੀ, ਹੁਣ ਅਲਹਮਦੁਲਿਲਾ ਫਰੀ ਦੇ ਵਿੱਚ ਚੱਲ ਰਹੀ ਹੈ ਮਸ਼ੀਨ। ਤੁਹਾਡੇ ਸਾਹਮਣੇ ਮਸ਼ੀਨ ਚੱਲ ਰਹੀ ਹੈ, ਇਹ ਵਾਲੀਆਂ ਡਿੱਬੀਆਂ ਨਿਕਾ ਰਹੇ ਹਾਂ ਅਸੀਂ। ਇਹ ਮੋਲਡਿੰਗ ਮਸ਼ੀਨ ਦੀਆਂ ਡਿੱਬੀਆਂ ਚੱਲੀਆਂ, ਇੱਥੇ ਦੀ ਮੋਲਡਿੰਗ ਹੋਈ ਹੈ। ਮੈਂ ਤੁਹਾਨੂੰ ਅੱਜ ਵਿਖਾ ਰਿਹਾ ਸਾਂ ਜਿਹੜੀ ਸੋਲਰ ਸਿਸਟਮ ਦੇ ਉੱਤੇ ਪਲਾਸਟਿਕ ਮੋਲਡਿੰਗ ਮਸ਼ੀਨ ਚਲਾਈ ਹੈ, ਔਰ ਪਲਾਸਟਿਕ ਮੋਲਡਿੰਗ ਜਿਹੜੀ ਮਸ਼ੀਨ ਹੈ ਇਸ ਵੇਲੇ ਔਨ ਪ੍ਰੋਡਕਸ਼ਨ ਹੈ, ਔਰ ਮੈਂ ਜਿਹੜੇ ਉਹਨਾਂ ਦੇ ਮਾਲਕ ਨੇ ਉਹਨਾਂ ਨਾਲ ਵੀ ਤੁਹਾਡੀ ਗੱਲ ਕਰਵਾਈ ਹੈ ਜਿਨ੍ਹਾਂ ਨੇ ਸੋਲਰ ਸਿਸਟਮ ਲਵਾਇਆ, ਔਰ ਮੈਂ ਸਮਝਦਾ ਵਾਂ ਉਹ ਇੰਤਹਾਈ ਮੁਸਰਤ ਦਾ ਇਜ਼ਹਾਰ ਕਰਦੇ ਪਏ ਸਨ, ਇੰਤਹਾਈ ਖੁਸ਼ੀ ਦਾ ਇਜ਼ਹਾਰ ਕਰਦੇ ਪਏ ਸਨ ਇਸ ਵਾਸਤੇ ਕਿ ਮਹਿੰਗੀ ਬਿਜਲੀ ਤੋਂ ਉਹਨਾਂ ਦੀ ਜਾਨ ਛੁੱਟ ਗਈ ਹੈ। ਮੈਨੂੰ ਉਮੀਦ ਹੈ ਅੱਜ ਦੀ ਜਿਹੜੀ ਵੀਡੀਓ ਹੈ ਇਹ ਤੁਹਾਨੂੰ ਪਸੰਦ ਆਈ ਹੋਏਗੀ। ਅਲੀ ਅਸਗਰ ਤਾਜ ਨੂੰ ਇਜਾਜ਼ਤ ਦਿਓ, ਕਿਸੇ ਨਵੀਂ ਵੀਡੀਓ ਦੇ ਨਾਲ ਇਨਸ਼ਾਅੱਲਾ ਮੈਂ ਦੁਬਾਰਾ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗਾ। ਅਸਲਾਮ ਅਲੈਕੁਮ।